ਹੋ ਮੈਨੂੰ ਡਰ ਜਿਆ ਰਹਿੰਦਾ ਹਏ ਦਿਲ ਟੁੱਟ ਨਾ ਜਾਏ ਦੁਬਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਗਾਣਾ ਆਏ ਨੂੰ ਤਾਂ ਬਹੁਤ ਟਾਈਮ ਹੋ ਗਿਆ, ਅੱਜ ਅਸੀਂ ਇਹ ਗਾਣਾ ਕਿਉਂ ਕਰ ਰਹੇ ਹਾਂ ਆਪਾਂ ਦੱਸਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ। ਬਹੁਤ ਵੱਡੀ ਖੁਸ਼ਖਬਰੀ ਆ, ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਆਪਾਂ ਸਖੀਆਂ ਗਾਣਾ ਇਸ ਕਰਕੇ ਗਾ ਰਹੇ ਹਾਂ ਕਿਉਂਕਿ ਪਹਿਲਾਂ ਤਾਂ ਸਾਰਿਆਂ ਨੇ ਇਸ ਗਾਣੇ ਨੂੰ ਬਹੁਤ ਪਿਆਰ ਦਿੱਤਾ ਜੀ। ਜਿਹੜੇ ਪੰਜਾਬੀ ਸੀ ਅਤੇ ਜਿਹੜੇ ਨੋਨ ਪੰਜਾਬੀ ਸੀ ਉਹਨਾਂ ਨੇ ਵੀ ਇਹ ਗਾਣਾ ਬਹੁਤ ਸੁਣਿਆ ਅਤੇ ਇਸ ਗਾਣੇ ਨੂੰ ਬਲੌਕ ਬਸਟਰ ਸੁਪਰ ਡੁਪਰ ਹਿੱਟ ਕੀਤਾ ਅਤੇ ਇਹ ਗਾਣਾ ਹਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੀ, ਕਿਉਂਕਿ ਇਹ ਗਾਣਾ ਹੁਣ ਆ ਰਿਹਾ ਜੀ ਬਾਲੀਵੁੱਡ ਦੇ ਵਿੱਚ। ਹਾਂਜੀ, ਤੁਸੀਂ ਸਹੀ ਸੁਣਿਆ, ਮਨਿੰਦਰ ਬੁੱਟਰ ਜੀ ਦਾ ਸਖੀਆਂ ਗਾਣਾ ਆ ਰਿਹਾ ਜੀ ਬਾਲੀਵੁੱਡ ਵਿੱਚ ਵੀ, ਅਤੇ ਬਾਲੀਵੁੱਡ ਵਿੱਚ ਵੀ ਕਿੱਥੇ, ਕਰਨ ਜੌਹਰ ਜੀ ਦੀ ਧਰਮਾ ਪ੍ਰੋਡਕਸ਼ਨ ਦੇ ਵਿੱਚ। ਮੂਵੀ ਦਾ ਨੇਮ ਹਜੇ ਫਾਈਨਲ ਨਹੀਂ ਹੋਇਆ, ਜਿੱਦੇ ਮੂਵੀ ਦਾ ਨੇਮ ਫਾਈਨਲ ਹੁੰਦਾ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, ਬਟ ਸਾਡੀ ਬੇਸਬਰੀ ਹੋਰ ਵੱਧ ਗਈ ਹੈ ਕਿ ਇਹ ਗਾਣਾ ਐਜ਼ ਇਟ ਇਜ਼ ਪਊਗਾ ਜਾਂ ਜਿੱਦਾਂ ਬਾਕੀ ਗਾਣੇ ਰੀਮੇਕ ਕਰ ਦਿੱਤੇ ਜਾਂਦੇ ਜਾਂ ਥੋੜ੍ਹਾ ਚੇਂਜ ਕਰ ਦਿੱਤਾ ਜਾਂਦਾ। ਵੈਸੇ ਤਾਂ ਇਹ ਗਾਣਾ ਪਹਿਲੇ ਮਿਊਜ਼ਿਕ ਸੀਗੇ ਚਾਹੇ ਲਿਰਿਕਸ ਸੀਗੇ ਬਹੁਤ ਸੋਹਣੇ ਸੀਗੇ, ਮੈਨੂੰ ਲੱਗਦਾ ਨਹੀਂ ਕਿ ਇਹਨੂੰ ਚੇਂਜ ਕਰਨ ਦੀ ਕੁਛ ਜ਼ਰੂਰਤ ਹੋਊਗੀ, ਬਟ ਫਿਰ ਵੀ ਕਰਨ ਜੌਹਰ ਜੀ ਤੁਹਾਨੂੰ ਪਤਾ ਆ ਉਹ ਤਾਂ ਮਾਸਟਰ ਆ ਜੀ ਬਾਲੀਵੁੱਡ ਦੇ, ਅਤੇ ਦੇਖਦੇ ਆ ਉਹ ਗਾਣੇ ਨੂੰ ਕਿੱਦਾਂ ਆਪਣੀ ਫਿਲਮ ਦੇ ਵਿੱਚ ਪਾਉਂਦੇ ਆ। ਸਾਨੂੰ ਬਹੁਤ ਬੇਸਬਰੀ ਆ ਅਤੇ ਮਨਿੰਦਰ ਬੁੱਟਰ ਵੀਰੇ ਨੂੰ ਬਹੁਤ ਬਹੁਤ ਮੁਬਾਰਕਾਂ, ਵਾਈਟ ਹਿੱਲ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਦਾ ਗਾਣਾ ਬਾਲੀਵੁੱਡ 'ਚ ਪਹੁੰਚ ਰਿਹਾ, ਅਤੇ ਬੱਬੂ ਵੀਰੇ ਨੂੰ ਵੀ ਬਹੁਤ ਖੁਸ਼ੀ ਹੋਈ ਹੋਊਗੀ ਇਹ ਸੁਣ ਕੇ, ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਆ ਰਿਹਾ ਜੀ ਸਖੀਆਂ ਬਾਲੀਵੁੱਡ ਦੇ ਵਿੱਚ। ਹੋ ਜਾਓ ਤਿਆਰ ਐਂਟਰਟੇਨਮੈਂਟ ਦੇ ਲਈ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦੇਖਦੇ ਰਹੋ ਪੰਜਾਬੀ ਟੇਸ਼ਨ।